अस्सलाम वालेकुम जी। उम्मीद करदा तुसी सारे खरीए दे नाल होगे। अज एक नवी सुबह ते सुबह सुबह जा रहे असीं जरा वॉक शॉक करिए, ताज़ा हवा लईए अपने खेतों की, ते तुहाडे नाल शेयर भी करदे आं। ते सुबह सुबह मैं आया सी वॉक शॉक करन, ते वेख लियो किन्ना सुकून दा माहौल हुंदा सवेरे सवेरे बंदा वॉक करदा। ते तुहानू मैं साइड चेंज करके विखाना, ते इस तो बाद अम्मा जी और गप्पा शप्पा भी होनगियां, तो जरूर ही मेरी वीडियो वेखनी, तो बड़ा मज़ा आएगा। तो चलने दूसरी साइड तो कैमरे का रुख करके विखाने। सुबह लैनी हो ताज़ा हवा तो खेत चाहो, तो आराम सुकून दे नाल देखिए कि पुरसकून माहौल है। धुंद पई है अज, तो चलने वापस हरियाली है, तो किवें लगे ने वेखा जी कि जबरदस्त माहौल है। होंगे ने खे प्योर लाइफ। बिल्कुल मर्जी में निकले ना पहले पीछे आप ही बिल्कुल अल्लाह की नहीं की सारे अल्लाह के चार कम बने गए बतरीए त्रै महीने रहा गलेंदी नाम दूरा बनियां मर्जी अपने बिरा ना कहंगे कि चंगा लगा साढ़ लिया भाई मेरा बिरा आवा अच्छे माल मनी त्रा चार महीने जमी फोन किया समान खैर मैं खैर मंजा गावां चारदे ने ते अपना इन्हां दा चारा इत्थे पूरा करदे ने। बड़ी मेहनत दा कम हुंदा है, गर्मी के मौसम में इसे ठीक होता है, तो सर्दी दिन में गप शप लाने भाई जी की हाल है। अगू डी असलम ए वेखो जी हाँ भाई जी सवेरे सवेरे आते हो तुम सारे इतने मंझा गावा कट के लैके आते हो सवेरे सवेरे नस नहीं जानी आगे पिछे नसना चढ़दिया रहनिया ने इतने कद कोई होया भी है कोई नस नहीं जाती हो अपने माल अपने मारे ते बड़ी मेहनत का सारे पास जाते हो कि सिर्फ इसे इलाके ना कोई नहीं ना। ते सिर्फ इतना
पूरा दिन इन्हां दे पिछे पिछे फिरदे रहिंदे ने। बड़ी मेहनत दा काम है जी, हर बंदा तो नहीं कर सकदा है। ਕਿਵੇਂ ਭਾਈ ਜੀ? ਸਵੇਰ ਕਿੰਨੇ ਵਜੇ ਨਿਕਲ ਆਉਂਦੇ ਹੋ ਘਰੋਂ ਬਾਹਰ? ਤਕਰੀਬਨ 9:30 9:30 ਵਜੇ ਤੇ ਸ਼ਾਮ ਨੂੰ ਕਿਤਨੇ ਕੁ ਵਜੇ ਘਰ? 4 ਵਜੇ ਘਰ ਤੇ ਚਾਰ ਚੁਰ ਜਾਂਦੀਆਂ ਬਸ ਚੁਰ ਗਈਆਂ ਮੁੜ ਗਈਆਂ ਪੱਠੇ ਪਾਏ ਹੋਏ ਪਾ ਦਿੱਤੇ। ਅੱਛਾ ਅੱਛਾ ਮਾਸ਼ਾ ਅੱਲਾ। ਵੇਖੋ ਜੀ ਆਹ ਵੇਖੋ ਆਪਣੇ ਮੌਜ ਮਸਤੀ ਲੱਗੀ ਹੋਈ ਤੇ ਨਸਦੀਆਂ ਵੀ ਨਹੀਂ ਬੜੀਆਂ ਸਿੱਖੀਆਂ ਹੋਈਆਂ ਨੇ ਸਾਰੀਆਂ ਤੇ ਚਿਰਦੀਆਂ ਰਹਿੰਦੀਆਂ ਨੇ ਤੇ ਸ਼ਾਮ ਨੂੰ ਆਰਾਮ ਦੇ ਨਾਲ ਨਾ ਕੇ ਘਰ ਲੈ ਜਾਂਦੇ ਨੇ। ਇਹ ਸਾਡਾ ਜੀ ਦੇਸੀ ਮਾਹੌਲ, ਖੁੱਲ੍ਹਾ, ਕੋਈ ਟੈਨਸ਼ਨ ਨਹੀਂ, ਕੋਈ ਨਾਲ ਇਹਨਾਂ ਨੂੰ ਸਮਝਾ ਰਹੇ ਨੇ ਬਾਹਰ ਨਹੀਂ ਜਾਣਾ ਅੱਗੇ ਪਿੱਛੇ। ਇਹਨਾਂ ਆਪਣੀਆਂ ਇੱਕ ਜ਼ਬਾਨ ਦਾ ਨਿਸ਼ਾਨ ਰੱਖਿਆ, ਸਾਡੀ ਸਮਝ ਤੋਂ ਬਾਹਰ ਹੀ ਲੱਗਦਾ ਉਹ। ਹਾਂ ਠੀਕ ਹੈ ਭਾਈ ਜੀ, ਜ਼ਿਆਦਾ ਚਾਹੁੰਦੇ ਹਾਂ ਫਿਰ ਮੁਲਾਕਾਤ ਹੋਏਗੀ। ਮੈਂ ਕਿਹਾ ਜ਼ਰਾ ਵਿਖਾਈਏ ਇਹਨਾਂ ਨੂੰ ਵੀ ਦੇਸੀ ਮਾਹੌਲ ਕੀ ਹੁੰਦਾ, ਕਿਸ ਤਰ੍ਹਾਂ ਬੰਦੇ ਮਿਹਨਤ ਕਰਦੇ ਨੇ, ਕਿਸ ਤਰ੍ਹਾਂ ਕੰਮ ਹੁੰਦੇ ਨੇ। ਲੋਕ ਬਾਹਰ ਬਹਿ ਕੇ ਤਾਂ ਵੇਖਦੇ ਨੇ ਹਰ ਸ਼ਾਇ ਕੰਮ ਸੌਖੀ ਹੁੰਦੀ ਹੈ ਅਤੇ ਕਮਾਉਣਾ ਬੜਾ ਔਖਾ। ਬਿਲਕੁਲ ਠੀਕ ਹੈ, ਅੱਗੇ ਚੱਲਦੇ ਹਾਂ ਜੀ, ਅੱਗੇ ਤੁਹਾਨੂੰ ਹੋਰ ਮਾਹੌਲ ਵਿਖਾਉਂਦੇ ਹਾਂ। ਕਰ ਰਹੇ ਹੋ 20 ਸੱਟ ਰਹੇ ਹੋ, ਵੇਖ ਲਓ ਜੀ ਦੋਪੇ 'ਚ ਲੱਗੇ ਹੋਏ ਨੇ 20 ਸੱਟਣ। ਕਿਹੜੀ ਸ਼ਾਇ ਦਾ 20 ਸੱਟ ਰਹੇ ਹੋ? ਕਣਕ ਦਾ ਬੀਜ ਸੱਟ ਰਹੇ ਹੋ? ਜ਼ਬਰਦਸਤ ਹੋ ਗਿਆ, ਸੱਟੀ ਰੱਖੋ ਬੀਜ ਤੁਸੀਂ। ਵੇਖੋ ਜੀ ਕਿਵੇਂ ਬੀਜ ਸੱਟ ਰਹੇ ਨੇ, ਬੜਾ ਮਿਹਨਤ ਦਾ ਕੰਮ ਹੁੰਦਾ। ਵੇਖਿਆ ਜੇ ਕਿਸ ਤਰ੍ਹਾਂ ਕੰਮ ਕਰਦੇ ਨੇ, ਇੱਥੇ ਤੁਹਾਨੂੰ ਵਿਖਾਉਂਦੇ ਹਾਂ ਦੂਜੀ ਸਾਈਡ 'ਤੇ ਵੀ। ਵੇਖਿਆ ਜੇ ਕਿਵੇਂ ਬੀਜ ਸੱਟ ਰਹੇ ਨੇ ਸਾਰਾ ਉੱਥੇ। ਜ਼ਬਰਦਸਤ ਜ਼ਬਰਦਸਤ, ਲਓ ਜੀ ਇਹ ਹੁੰਦੇ ਨੇ ਕੰਮ। ਹੁਣ ਚੱਲਦੇ ਹਾਂ ਅੱਗੇ, ਅੱਗੇ ਵਿਖਾਉਂਦੇ ਹਾਂ ਦੂਜੀ ਸਾਈਡ 'ਤੇ ਲੱਗਾ ਟਰੈਕਟਰ ਅਤੇ ਉਹ ਕੀ ਕਰ ਰਿਹਾ? ਉਹ ਸਾਈਡ 'ਤੇ ਚੱਲ, ਉਹ ਦੂਰ ਦੂਰ ਤੱਕ ਜਾ ਰਿਹਾ ਪਾਣੀ ਇਹਦਾ। ਇਹਨਾਂ ਮੈਂ ਵਿੱਚ ਹੀ ਡਿੱਗ ਜਾਂ। ਜ਼ਬਰਦਸਤ ਜਿਹਾ ਮਾਹੌਲ ਜੀ ਇੱਥੇ ਟਰੈਕਟਰ ਲਾਉਣ। ਕਿਵੇਂ ਜ਼ਮੀਨ ਦੇ ਅੰਦਰ ਕੰਮ ਹੁੰਦਾ ਬੜੀ ਮਿਹਨਤ ਦੇ ਨਾਲ। ਵੇਖਿਆ ਜੀ ਜ਼ਬਰਦਸਤ ਜ਼ਬਰਦਸਤ। ਇਹ ਜੀ ਸਾਡਾ ਦੇਸੀ ਕਲਚਰ। ਵਾਹੀ ਕਰਨਾ ਦੇਖੋ ਬੱਕਰੀਆਂ ਚਾਹ ਰਹੇ ਨੇ ਸਾਰੇ, ਦੇਸੀ ਕੰਮ ਹੋ ਰਿਹਾ ਤੇ ਭਾਈ ਹੋਰ ਚੜੇ ਨੇ ਉੱਤੇ ਦਰਖਤ ਤੇ ਵਿਖਾਉਂਦੇ ਆ ਤੁਹਾਨੂੰ ਕੰਮ ਕਰਨ ਲੱਗੇ ਨੇ ਤੇ ਚੱਕਰੀਆਂ ਹਰ ਸ਼ੈ ਗੱਲ ਹੋਈ ਨਾ ਦੇਸੀ ਤੇ ਡੰਗਾ ਲਾਈ ਵਧੇ ਤੇ ਉੱਤੇ ਨਾ ਚੜਨਾ ਜੀ, ਲਾਉਣਾ ਕੋਈ ਸੌਦਾ ਹੀ ਨਾ। ਆਹ ਤੇ ਉੱਤੇ ਚੜੇ ਨੇ ਦਰਖਤ ਦੇ ਤੇ ਲੱਕੜੀਆਂ ਛੱਕੜੀਆਂ ਲਾਉਣ ਲੱਗੇ ਨੇ। ਉਹ ਕਿੰਨੀ ਦੂਰ ਲੱਕੜ ਲੱਗੀ ਹੈ, ਬੜੀ ਮਿਹਨਤ ਦੇ ਨਾਲ ਛਿਲ ਛੁਲ ਕੇ ਲੈ ਕੇ ਆਉਂਦੇ ਨੇ ਥੱਲੇ। ਹੁੰਦਾ ਕਿਵੇਂ ਭਾਈ ਹੋਰ ਲੱਗੇ ਨੇ ਮਿਹਨਤ ਦੇ ਨਾਲ, ਤੂੰ ਲਾਉਣ ਲੈਂਦਾ ਵੀ ਹੈ ਕਿ ਨਹੀਂ? ਵੇਖਿਆ ਜੇ ਆ ਰਹੀ ਜੇ ਲੱਕੜ ਥੱਲੇ, ਇਹ ਵੇਖੋ
कम आ गया थले, कम हो गया सैट, तो हम चलने अगे विखाने तुम अगे का माहौल। ये तो तुम वेख ही लिया किस तरह भाई माशाल्लाह तुम विखाइए लाइफ इतने की, तो इतने का माहौल इतने का बंदा तो है नहीं सी। असि आप ही ना ये गए हुए सैट तो हर शह बंदे होंगे ने इतने किस तरह रेंगे ने, तो देसी माहौल के अंदर सारे जवान लगा है कोई शह खान देसी का माहौल है, तो सारा कुछ अगे पिछे ना देसी माहौल किस तरह होंगे, तो किवें लोग रेंगे ने इतने।